ਖੁਰਾਨਾ ਆ ਰਿਹਾ ਬਹੁਤ ਤਕੜਾ ਪਾਣਿਆ ਜਿਹਦੇ ਵਿੱਚ ਬਾਲੇ ਗਾਡਰ ਸੀ ਨੇ ਬੋਲਡ ਸੀ ਨੇ ਬੋਲਡ ਸੀ ਬੋਲਡ ਤਾਂ ਅੱਛਾ ਬੋਲਡ ਬੋਲਡ ਸੀ ਨੇ ਉਹਦੇ ਵਿੱਚ ਮੈਂ ਮਾਡਲ ਲੈਣੀ ਇੱਕ ਮਾਡਲ ਅੱਛਾ ਹਾਂ ਜਿਵੇਂ ਕਿ ਸੀ ਇੱਕ ਪਰਿਵਾਰਕ ਵੀਡੀਓ ਪਰਿਵਾਰਕ ਪਰਿਵਾਰਕ ਦੇ ਵਿੱਚ ਕਿਹਨੂੰ ਲਾਏਗਾ ਫਿਰ ਪਰਿਵਾਰਕ ਦੇ ਵਿੱਚ ਕਿਹਨੂੰ ਹਮਾਂਸੀ ਭੈਣ ਨੂੰ ਹਮਾਂਸੀ ਭੈਣ ਨੂੰ ਦੀ ਭੈਣ ਨੂੰ ਹਮਾਂਸੀ ਭੈਣ ਨੂੰ ਲੈ ਬਹੁਤ ਵਧੀਆ ਹਮਾਂਸ਼ੀ ਖੁਰਾਨਾ ਨੂੰ ਹਾਂ ਇੱਕ ਮੇਰਾ ਗਾਣਾ ਇਹੋ ਜਿਹਾਗਾ ਵੀ ਉਹਦੇ ਵਿੱਚ ਦੋ ਰੋਲ ਨੇ ਅੱਛਾ ਵੀ ਇੱਕ ਥੋੜੇ ਜਿਹਾ ਰੋਮਾਂਟਿਕ ਦਿਖਾਇਆ ਇੱਕ ਹੋਰ ਦੋ ਸਹੇਲੀਆਂ ਨੇ ਇੱਕ ਗਾਣੇ ਦੇ ਵਿੱਚ ਕਿਹੜੀ ਕਿਹੜੀ ਇੱਕ ਤਾਂ ਸੜੀ ਲਾਉਣ ਲਾ ਇੱਕ ਲਾ ਲਾ ਮੀਆਂ ਕਲਿਪ ਉਹਦੇ ਵਿੱਚ ਬਾਏ ਟੱਕੜੇ ਦਾ ਮੂਹਰੇ ਪੈਸੇ ਵਾਲਾ ਲੈਣੀ ਇੰਨੇ ਪੈਸੇ ਵੀ ਕੋਈ ਹੈ ਨਹੀਂ ਬਾਹਰ ਨਹੀਂ ਬੈਠਾ ਜੱਟ ਤੇਰਾ ਕੋਡ ਦੇ ਸੰਤਾਂ ਨੂੰ ਸਾਰਾ ਕੁਝ ਕਰਨ ਫਰਣਾ ਬਣੇ ਦੋਨੇ ਫ੍ਰੀ ਚ ਕੋਡ ਦੇ ਸੰਤਾਂ ਨੂੰ ਸਾਰਾ ਕੁਝ ਫੇਰ ਮੰਨਿਆ ਜੇ ਤੇਰਾ ਮੀਆਂ ਕਲਿਪ ਇੱਥੇ ਖੇਤ ਚ ਆ ਕੇ ਰੋਮਾਂਸ ਕਰਨ ਲੱਗ ਜੇ ਹਾਂ ਬਸ ਫਿਰ ਮੰਨੇ ਸੰਤਰੂ ਮੰਨੂ ਬੰਨੇ ਖਾੜੇ ਵਾਲੇ ਸੰਤਰੂ ਮੰਨੂ ਉਹਦਾ ਬਾਲੀਆਂ ਸੁਣੀਆਂ ਨੇ ਉਹਨਾਂ ਨੂੰ ਮਾਡਲ ਅੰਦਰ ਹੋਰ ਕਿਹਨੂੰ ਲਾਏਗਾ ਆਪਣੇ ਜਿਹੜੇ ਟੀਵੀ ਤੇ ਆਪਣੇ ਦਰਸ਼ਕ ਦੇਖ ਲੈਣ ਮੇਰਾ ਸਾਰਾ ਟੱਬਰ ਦੇਖੋ ਸਾਰੇ ਰਿਸ਼ਤੇਦਾਰ ਦੇਖ ਪੰਜਾਬ ਵਾਲੇ ਦੇਖ ਲੈਣ ਪੰਜਾਬ ਵਾਲੇ ਦੇਖ ਲੈਣ ਕਿਹਨੂੰ ਮੈਂ ਦੋ ਮਾਡਲ ਲੈਣੇ ਇੱਕ ਗਾਣੇ ਦੇ ਵਿੱਚ ਇੱਕ ਤਾਂ ਹਿਮਾਂਸ਼ੀ ਖੁਰਾਨਾ ਲਊ ਅੱਛਾ ਇੱਕ ਲਊਗਾ ਸਹਿਨਾਜ ਕੌਰ ਗਿੱਲ ਨੂੰ ਬਾਈ ਯਾਰ ਧੱਕਾ ਉਹ ਲੜਨਗੀਆਂ ਦੋਨੇ ਆਪਸ ਦੇ ਵਿੱਚ ਨਹੀਂ ਲੜਦੀਆਂ ਨਹੀਂ ਲੜਦੀਆਂ ਉਹ ਦੋਨੇ ਪੈਣਾ ਨੇ ਅਲੱਗ ਅਲੱਗ ਗਾਣੇ ਚ ਲੈ ਲਈ ਇੱਕ ਗਾਣੇ ਤਾਂ ਲੜ ਪੈਣੀ ਇੱਕ ਗਾਣੇ ਚ ਲੈਣੀਆਂ ਨੇ ਪਹਿਲਾਂ ਮੈਂ ਕੀ ਕਰੂੰਗਾ ਕਿੱਲਾ ਖਾਲੀ ਛੱਡ ਲੂ ਬਾਹਣ ਬਾਹ ਕੇ ਕਿੱਲਾ ਬਾਹਣ ਬਾਹ ਕੇ ਕਿਉਂਕਿ ਟਿਕਟਾਂ ਵੀ ਲਾਵਾਂਗੇ ਦਰਸ਼ਕ ਦੇਖਣ ਆਉਣਗੇ ਪਹਿਲਾਂ ਦੋਨਾਂ ਦੇ ਕਰਾਉਂ ਘੋਲ ਅੱਛਾ ਹਾਂ ਘੋਲ ਕਰਾਉਂ ਜਿਹੜੀ ਜਿੱਤ ਗਈ ਉਹਨੂੰ ਮੇਨ ਰੋਲ ਦਊ ਜਿਹੜੀ ਦਾ ਹਮਾਸੀ ਭੈਣੀ ਫਿਰ ਨਾ ਨਾ ਹਮਾਸੀ ਭੈਣੀ ਸਹਿਨਾਜ ਦਾ ਜੱਫ ਵਾਲਾ ਭੜਾ ਸਾਡੀ ਨਹੀਂ ਬਹੁਤ ਉਹਦਾ ਨਹੀਂ ਭਾਈ ਨਹੀਂ ਚਮਕ ਵਾਂਗੂ ਚ ਮੈਨੂੰ ਪਤਾ ਹਮਾਸੀ ਕਰਾਣਾ ਭੈਣ ਆਪਣੀ ਜਿੰਮ ਲਾਉਂਦੀ ਹੈ ਹਾਂ ਜਿੰਮ ਲਾਉਂਦੀ ਹੈ ਹਮਾਸੀ ਪਰ ਇਹ ਵੀ ਗੱਲ ਨਾ ਸੁੱਚੀ ਤੂੰ ਹਾਂ ਸਹਿਨਾਜ ਕਰ ਗੱਲ ਤੇ ਪੱਟ ਵੀ ਬੜਾ ਤਕੜੇ ਨੇ ਪੱਟ ਬੜਾ ਤਕੜੇ ਨੇ ਜੱਗੀ ਨਾ ਤੇ ਖਾਤੀ ਹੱਥ ਛੱਡ ਕੇ ਕੈਂਚੀ ਲਾਉਂਦੀ ਆ ਹੱਥ ਛੱਡ ਮੀ ਕੈਂਚੀ ਕਿੱਥੇ ਕਿਹੜਾ ਪਾ ਕੇ ਹੋਊਗੀ ਕੱਦੂ ਨਾ ਬੋਲ ਮੇਰੇ ਦੋਨੇ ਭੈਣਾਂ ਨੇ ਇਹਨਾਂ ਨੂੰ ਮੈਂ ਫ੍ਰੀ ਤੇ ਲੈਣਾ ਗਾਣੇ ਇਹਨਾਂ ਤੋਂ ਕੋਈ ਪੈਸਾ ਨਹੀਂ ਲੈਂਦੀ ਆਈਆਂ ਤਰਾ ਬੋਲ ਹਾਂ ਮੈਂ ਗਲਤ ਕਰਾਂ ਬੋਲਦਾ ਟੀਓ ਤੇਰੀ ਜੇ ਗੱਲ ਇਹ ਮੇਰੇ ਦੋਨੇ ਭੈਣਾਂ ਨੇ ਬੋਲਦਾ ਉਹ ਤਾਂ ਇਹ ਬਹੁਤ ਰੁਪਏ ਲੈਂਦੇ ਨੇ ਲੋਕਾਂ ਤੋਂ ਅੱਛਾ ਮੇਰੇ ਨਾਲ ਫ੍ਰੀ ਚ ਆਉਣਗੀਆਂ ਅੱਛਾ ਹਾਂ ਨਾਲੇ ਦੇਖੇ ਦੋਨਾਂ ਦੀ ਸੋਲਾ ਕਰਾਉ ਅੱਛਾ ਦੋਨਾਂ ਦੇ ਪਹਿਲਾਂ ਕਰਾਉ ਘੋਲ ਅੱਛਾ ਹੈ ਜਿਹੜੀ ਜਿੱਤ ਗਈ ਹਾਂ ਇੱਕ ਵਾਰੀ ਤਾਂ ਪਹਿਲੀ ਵਾਰ ਤਾਂ ਜਿੱਤੂ ਮੈਨੂੰ ਪਤਾ ਹਮਾਨ ਸੀ ਅੱਛਾ ਮੈਂ ਨਹੀਂ ਕਹਿੰਦਾ ਦੇਖ ਲਈ ਦੂਜੀ ਵਾਰ ਸਹਿਨਾਜ ਕੌਰ ਨੂੰ ਲਵਾਉ ਮੈਂ ਦੋ ਪੇਗ ਅੱਛਾ ਫਿਰ ਸਹਿਨਾਜ ਕਰੋ ਉਹਦੇ ਉੱਤੇ ਮੈਂ ਵੀ ਸੁਣਿਆ ਕਿ ਸਹਿਨਾਜ ਤਾਂ ਲਾਉਂਦੀ ਆ ਪੈਗ ਪੋਗਾ ਨਾ ਓਏ ਆਹ ਤਾਂ ਸਾਰੀਆਂ ਲਾਉਂਦੀਆਂ ਨੇ ਪਰ ਹਮਾਸੀ ਲਾਉਂਦੀ ਆ ਹਮਾਸੀ ਤਾਂ ਵਧੀਆ ਮੈਨੂੰ ਪਤਾ ਨਾ ਮੈਂ ਉਹਨਾਂ ਨਾਲ ਰਹਿ ਕੇ ਆਇਆ ਹਮਾਸੀ ਨਾਲ ਮੈਨੂੰ ਲੱਗਦਾ ਕੰਮ ਕਰ ਬੜਾ ਪਿਓਰ ਮੈਸ਼ ਨੂੰ ਕੁੜੀ ਆ ਵਧੀਆ ਕੁੜੀ ਆ ਅੱਛਾ 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 ਤੇ ਜੇ ਜਿਹਨਾਂ ਇਹਨਾਂ ਨੇ ਭੈਣਾਂ ਨੇ ਮੈਥੋਂ ਪੈਸੇ ਨਾ ਲੈਤੇ ਗਾਣੇ ਦੇ ਵਿੱਚ ਹਾਂ ਫਿਰ ਫਿਲਮ ਫਿਰ ਮੈਂ ਉਹ ਪੈਸੇ ਇਕੱਠੇ ਕਰਕੇ ਜਿਹੜੇ ਇਹਨਾਂ ਨੂੰ ਦੇਣੇ ਸੀ ਉਹ ਮੈਂ ਗਰੀਬਾਂ 'ਚ ਵੰਡ ਦੂੰਗਾ ਬਸ ਠੀਕ ਆ ਫਿਰ ਉਹਨਾਂ ਦੇ ਨਾਂ ਤੇ ਬਸ ਠੀਕ ਆ ਇਹਨਾਂ ਦੇ ਨਾਂ ਤੇ ਹਾਂ ਹਾਂ ਤੇ ਆਪਾਂ ਨਾਲ ਦੱਸਾਂਗੇ ਸਾਰਿਆਂ ਨੂੰ ਮੈਂ ਕਹਿਣਾ ਮਾਮਾ ਹਾਂ ਜੇ ਤੂੰ ਬੁਲਾਈ ਲਵੇਂ ਦੋਨਾਂ ਨੂੰ ਬੁਲਾਊਂਗਾ ਜਲਦ ਖੇਤ ਬੁਲਾਈ ਲਵੇਂ ਦੋਨਾਂ ਨੂੰ ਮੈਂ ਕਹਿੰਦਾ ਅੱਜ ਹੀ ਬੁਲਾ ਲੈ ਇਹਨਾਂ ਦਾ ਰੌਲਾ ਤਾਂ ਕੁਛ ਨਹੀਂ ਹੈਗਾ ਤਾਂ ਲੜਾਈ ਝਗੜਾ ਇਹਨਾਂ ਦਾ ਕੋਈ ਖਾਣਾ ਉਹ ਇਕੱਠੀਆਂ ਗੱਲਾਂ ਬਾਤਾਂ ਹਜੇ ਵੀ ਕਰਦੇ ਨੇ ਉਹ ਲੋਕਾਂ ਨੇ ਲੜਾਤੀ ਯਾਰ ਲੋਕਾਂ ਨੇ ਲੜਦੇ ਲੋਕਾਂ ਉਂਗਲ ਲਾਈ ਜਾਂਦੇ ਨੇ ਇੱਕ ਦੂਜੇ ਯਾਰ ਉਂਗਲ ਸਹਿਨਾਜ ਦੇ ਬਦਲ ਹੋ ਜਾਂਦੇ ਉਂਗਲ ਉਹ ਵਿਚਾਰੀ ਬੋਲਦੀ ਆ ਉਹ ਭੱਖ ਜਾਂਦੀ ਆ ਕਮਲੀ ਆ ਸਹਿਨਾਜ ਯਾਰ ਉਹਦੇ ਉਂਗਲ ਬਦਲ ਆਈ ਲੋਕਾਂ ਨੇ ਤੂੰ ਬੋਲ ਬੋਲ ਐ ਗੱਲ ਹੈ ਭਾਨੇ ਨੇ ਵੀ ਲਾਈ ਸੀ ਇਹ ਦੇਖੋ ਇਹ ਉਹੀ ਲੜ ਪਿਆ ਜਿਹੜੇ ਨੇ ਗੱਲ ਜਿਹੜੀ ਵਿਚਲੀ ਗੱਲ ਆ ਤੁਹਾਨੂੰ ਵਿਚਲੀ ਗੱਲ ਦਾ ਨਹੀਂ ਪਤਾ ਪਤਾ ਨਹੀਂ ਹੈਗਾ ਵਿਚਲੀ ਗੱਲ ਦਾ ਮੈਨੂੰ ਪਤਾ ਹੈ ਮੈਂ ਬੈਠਾ ਕੇ ਦੋਨਾਂ ਨੂੰ ਪਹਿਲਾਂ ਤਾਂ ਕਰਾਂ ਉਹਨਾਂ ਦੇ ਕੋਲ ਗੁਫਾ 'ਚ ਨਹੀਂ ਬਿਠਾਏਗਾ ਜੋ ਚੰਗੀ ਤਰ੍ਹਾਂ ਹੰਭ ਗਿਆ ਦੋਨੇ ਪੋਲੀਆਂ ਪੋਲੀਆਂ ਪੈ ਗਿਆ ਫਿਰ ਸੱਚ ਦੱਸ ਰਹੀ ਕੁੱਤੇ ਮੰਗਣ ਲੱਗ ਗਈਆਂ ਬਸ ਦੋਨੇ ਸਿਆਣੀਆਂ ਕੁੜੀਆਂ ਨੇ ਇਹੋ ਜਿਹੀ ਕੋਈ ਗੱਲ ਨਹੀਂ ਅੱਛਾ ਜਿਹੜੀਆਂ ਅੱਜ ਕੱਲ੍ਹ ਪੰਜਾਬ ਦੀਆਂ ਟੌਪ ਮਾਡਲਾਂ ਨੇ ਹਾਂ ਟੌਪ ਮਾਡਲਾਂ ਦੇ ਵਿੱਚ ਦੋਨੇ ਆ ਰਹੀਆਂ ਨੇ ਬਸ ਠੀਕ ਹੈ ਸਹਿਨਾਜ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਨਾ ਬਸ ਠੀਕ ਹੈ ਐਵੇਂ ਲੜੀ ਹੁੰਦੇ ਨੇ ਕਾਂਬਲੀਆਂ ਨੇ ਬੱਚਿਆਂ ਤੁਸੀਂ ਕਿਉਂ ਲੜਦੀ ਹੋ ਨਹੀਂ ਨਹੀਂ ਇਹਨਾਂ ਨੂੰ ਆਪਣੇ ਗਾਣੇ ਦੇ ਵਿੱਚ ਲੈਣਾ ਕੋਰਟ ਦੇ ਨਾਲ ਸੰਤਾਂ ਕੋਲੇ ਆਓ ਤੁਸੀਂ ਹਾਂ ਆਉਣਗੇ ਸਾਰੇ ਇਲਾਜ ਹੁੰਦੇ ਨੇ ਇੱਥੇ ਪਿਛਲੀ ਗੱਲ ਦੱਸ ਭਾਈ ਬੜੇ ਪਿਛਲੀ ਗੱਲ ਬੜੇ ਤਾਂ ਪਿਛਲੀ ਗੱਲ ਇਹ ਜਿਹੜੀ ਪਿਛਲੀ ਗੱਲ ਹੈ ਨਾ ਗੱਲ ਤਾਂ ਇਹਨਾਂ ਦੀ ਕੋਈ ਗੱਲ ਨਹੀਂ ਸੀ ਵੱਡੀ ਅੱਛਾ ਇੱਕ ਗਾਣਾ ਸੀਗਾ ਮੇਰਾ ਪਹਿਲਾਂ ਮੈਂ ਲਿਖਿਆ ਸੀ ਗਾਣਾ ਵੀਡੀਓ ਬਣਾਉਣੀ ਸੀ ਉਹ ਕਦੀ ਮੈਂ ਆਉਣਾ ਉਹ ਕਦੀ ਮੈਂ ਆਉਣਾ ਅੱਛਾ ਇਹ ਗੱਲ ਪਿੱਛੇ ਲੜ ਪਈ ਲੜਾਈ ਇਹਨਾਂ ਦੀ ਇੰਨੀ ਵੱਧ ਗਈ ਹਾਰ ਕੇ ਮੈਂ ਗਾਣਾ ਹੀ ਭੰਨਤਾ ਵਾ ਬਸ ਠੀਕ ਆ ਗਾਣਾ ਤੋੜਦਾ ਗਾਣਾ ਕਰ ਪੀੜੀ ਮੈਂ ਗਾਣੇ ਦੀ ਸੋਚ ਕੀ ਤਕੜੀ ਯਾਰ ਤੂੰ ਤਾਂ ਬੜਾ ਗਾਹਾਂ ਹੀ ਸੋਚਦਾ ਨਾ ਇਹਨਾਂ ਦੀ ਇੱਕ ਗੱਲ ਹੋਰ ਆ ਥੋੜਾ ਜਿਹਾ ਮਸਲਾ ਇਹਨਾਂ ਦਾ ਹੋਰ ਰੋਚਾ ਹੋਇਆ ਕੀ ਹੋਇਆ ਉਹ ਥੋੜਾ ਜਿਹਾ ਮੈਂ ਤੁਹਾਨੂੰ ਫ੍ਰੀ ਉਹਨਾਂ ਨੂੰ ਬਿਠਾ ਕੇ ਫਿਰ ਦੱਸੂਗਾ ਬਸ ਠੀਕ ਆ ਮੈਂ ਇਹ ਗੱਲ ਪਿੱਛੇ ਲੜਾਈ ਆ ਮੈਂ ਇਹ ਗੱਲ ਪਿੱਛੇ ਬਿਠਾ ਕੇ ਦੱਸਾਂਗਾ ਸੋ ਇਹ ਤਾਂ ਹੁਣ ਕੋਈ ਗੱਲ ਨਹੀਂ ਭੈਣੋ ਤੁਹਾਡੀ ਲੜਾਈ ਹੋ ਗਈ ਤੁਹਾਨੂੰ ਫਾਇਦਾ ਬਹੁਤ ਹੋਇਆ ਥੋੜੇ ਚਰਚਾ ਹੋ ਗਏ ਅਮਰੀਕਾ ਕੈਨੇਡਾ ਤੱਕ ਕੱਲਾ ਕੱਲਾ ਬੱਚਾ ਜਾਣਨ ਲੱਗ ਗਿਆ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਜਾਣਦਾ ਨਾ ਜਾਣਦੇ ਐ ਨਹੀਂ ਪਤਾ ਹਮਾਸੀ ਕਰਾਣਾ ਕੌਣ ਹੈ ਘੱਟ ਜਾਣਦੇ ਹੁਣ ਫਾਰ ਜਾਣਨ ਲੱਗ ਗਏ ਆਹ ਉਹ ਹਮਾਸੀ ਨੂੰ ਤਾਂ ਪਹਿਲਾਂ ਵੱਧ ਜਾਣਦੇ ਉਹਨੂੰ ਦੂਜੀ ਨੂੰ ਘੱਟ ਜਾਣਦੇ ਕੰਮ ਮਾਸੀ ਮਾਸੀ ਕਹੀ ਜਾਂਦਾ ਐਨੇ ਨਾਲ ਸੁਣ ਚੜਾਈ
ਥੱਲੇ ਕਮੈਂਟ ਨਹੀਂ ਕਰਨੇ ਤੁਸੀਂ ਥੱਲੇ ਨਹੀਂ ਕਰਨੇ ਤਾਂ ਕਰਨੇ ਹਾਂ ਤੁਸੀਂ ਹਿਮਾਂਸ਼ੀ ਕੌਰ ਖੁਰਾਨਾ ਦੀ ਵੀ ਕਈ ਵਾਰ ਗਲਤ ਕਮੈਂਟ ਕਰਦੇ ਇਹ ਵੀ ਗਲਤ ਗੱਲ ਹੈ ਹਿਮਾਂਸ਼ੀ ਦਾ ਜਮੀ ਨਹੀਂ ਕਰਨਾ ਮੈਂ ਸਿੱਧੀ ਗੱਲ ਦੱਸਣਾ ਜਿਹੜੇ ਹਿਮਾਂਸ਼ੀ ਕਰੇ ਮੈਂ ਮੁੰਡ ਪਾੜ ਦੂੰ ਭੈਣ ਚੋ ਤੁਸੀਂ ਗਲਤ ਕਮੈਂਟ ਕਿਉਂ ਕਰਦੇ ਤੁਹਾਨੂੰ ਪਤਾ ਹੀ ਨਹੀਂ ਗੱਲਾਂ ਦਾ ਕੋਈ ਪਤਾ ਤੁਹਾਨੂੰ ਕੋਲ ਸਬੂਤ ਨਹੀਂ ਕੋਈ ਹੋਰ ਨਹੀਂ ਅਸੀਂ ਜਲਦੀ ਸਮਝੌਤਾ ਕਰਾ ਦਾਂਗੇ ਭੈਣ ਚੋ ਤੁਸੀਂ ਮਿਸ ਪੜਾ ਕੇ ਮਾਰੀ ਜਾਂਦੇ ਹੋ ਗਲਤ ਕਮੈਂਟ ਕਰਨ ਦਾ ਤੁਹਾਡਾ ਹੱਕ ਨਹੀਂ ਬਣਦਾ ਕਾਕਾ ਜਿਹੜੇ ਤੁਹਾਨੂੰ ਸਾਰਾ ਕੁਝ ਪਤਾ ਨਹੀਂ ਸੱਚ ਹਾਂ ਉਹਨਾਂ ਨੇ ਗਲਤ ਨਾ ਬੋਲੋ ਕਿਸੇ ਨੂੰ ਸੰਤ ਜਿੰਨਾ ਚਿਰ ਜਮਾ ਕਲੀਅਰ ਜਦੋਂ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਿਠਾ ਕੇ ਮੀਟਿੰਗ ਕਰਾ ਕੇ ਤੇ ਘੋਲ ਕਰਾ ਕੇ ਕਰਤਾ ਫੇਰ ਫੈਸਲਾ ਹੋਊਗਾ ਵੀ ਗੱਲ ਅਸਲੀ ਕੀ ਸੀ ਤੁਹਾਨੂੰ ਜਦੋਂ ਭੈਣ ਚੋਂ ਗੱਲ ਦਾ ਨਹੀਂ ਪਤਾ ਤੁਸੀਂ ਉਈ ਭੈਣ ਚੋਂ ਵਿਚਾਰੀ ਨੂੰ ਕੀ ਕੁਝ ਬੋਲੀ ਉਹ ਭਗਤ ਨਿਆਣੇ ਉਈ ਲੱਗਦਾ ਉਹਨਾਂ ਨੂੰ ਗਾਣੇ ਚ ਰੋਲ ਕਰਨੇ ਪੈਂਦੇ ਨੇ ਪਰ ਰੀਅਲ ਲਾਈਫ ਉਹਨਾਂ ਦੀ ਬਹੁਤ ਭਗਤ ਨੇ ਮੈਨੂੰ ਪਤਾ ਮਾਨਸੀ ਖੁਰਾਨਾ ਤੇ ਸਹਿਨਾਜ ਕੌਰ ਗਿੱਲ ਨੂੰ ਮੇਰੀ ਭੈਣ ਨੂੰ ਬੇਨਤੀ ਕਰਦਾ ਮੈਂ ਕਿ ਘੱਟੋ ਘੱਟ 20-20 ਲੱਖ ਰੁਪਇਆ ਮਿਲੂ ਤੁਹਾਨੂੰ 20-20 ਲੱਖ ਰੁਪਇਆ ਤੇ ਨਾਲੇ ਵੀਡੀਓ ਟ੍ਰੈਂਡਿੰਗ ਚ ਪਹਿਲੇ ਨੰਬਰ ਚੱਲਣਗੀਆਂ ਨਾਲੇ ਕੱਪ ਹਾਂ ਤੇ ਨਾਲੇ ਕੱਪ ਤੇ ਸਾਡੇ ਪਿੰਡ 10 ਕਿੱਲੇ ਪੰਚਾਇਤੀ ਖਾਲੀ ਪੈਣੇ ਮੈਂ ਬਾਹ ਕੇ ਚਾਰੇ ਪਾਸੇ ਰਾਉਂਡ ਤਾਰ ਫੇਰ ਕੇ ਤੇ ਪਹਿਲੀ ਅਨਾਊਂਸ ਕਰ ਦਾਂਗੇ ਹਿਮਾਂਸ਼ੀ ਖੁਰਾਨਾ ਤੇ ਸਹਿਨਾਜ ਕੌਰ ਗਿੱਲ ਦਾ ਘੋਲ ਹੋ ਰਹੇ ਨੇ ਤੇ ਟਿਕਟ ਹੈਗੇ 500 ਰੁਪਇਆ ਹਾਂ ਟਿਕਟਾਂ ਬੁੱਕ ਹੋ ਜਾਣਗੀਆਂ ਮੈਂ ਕਹਿੰਦਾ ਬੈਠਣ ਨੂੰ ਜਗ੍ਹਾ ਨਹੀਂ ਮਿਲਣੀ ਬੇਰ ਵਾਲਾ ਟਿੱਬਾ ਰੱਖ ਲਏ ਬੇਰ ਵਾਲਾ ਟਿੱਬਾ ਬੇਰ ਵਾਲਾ ਟਿੱਬਾ ਤੇ ਉੱਥੇ ਹੋਣਗੇ ਘੋਲ ਤੇ ਮੇਰੀਆਂ ਭੈਣਾਂ ਦੋਨਾਂ ਨੂੰ ਬੇਨਤੀ ਕਰਦਾ ਕਿ ਜਿਮ ਜੁਮ ਲਾ ਕੇ ਸਰੀਰ ਤਾਗੜੇ ਕਰਕੇ ਰੱਖੋ ਇੱਕ ਮਹੀਨੇ ਤੱਕ ਆਪਾਂ ਤਰੀਕ ਅਨਾਊਂਸ ਕਰਾਂਗੇ ਬਸ ਜਲਦੀ ਕਰ ਦਾਂਗੇ ਜਲਦੀ ਕਰ ਦਾਂਗੇ ਤੇ ਉੱਥੇ ਆਪਾਂ ਦੋਨਾਂ ਦਾ ਸਮਝੌਤਾ ਕਰਾ ਦਾਂਗੇ ਨਾਲੇ ਦੇਖਦਾ ਫਿਰ ਕਿਹੜੀ ਤਕੜੀ ਆ ਕਿਹੜੀ ਇੱਥੇ ਕੀ ਲੜਕੇ ਕਰਦਾ ਇੱਕ ਗੱਲ ਹੋਰ ਹਾਂ ਹਿਮਾਂਸ਼ੀ ਦਾ ਬੁਲਾਉਂਗਾ ਮੈਂ ਅੱਛਾ ਮੇਰੀ ਭੈਣ ਸਹਿਨਾਜ ਬੁਲਾ ਤੂੰ ਬਸ ਠੀਕ ਤੇਰੇ ਕਹੇ ਤੂੰ ਇੱਕ ਦੇਖਦਾ ਨਾ ਬਸ ਠੀਕ ਹੈ ਇਧਰ ਮੈਂ ਹੱਥ ਖੜਾ ਕਰਕੇ ਸਹਿਨਾਜ ਕੌਰ ਗੱਲ ਕਰੀ ਮੈਂ ਖੜੂਗਾ ਇਧਰ ਤੂੰ ਖੜੀ ਬਸ ਠੀਕ ਹੈ ਦੋਨਾਂ ਦੇ ਘੋਲ ਕਰਾ ਮੈਂ ਠੀਕ ਹੈ ਠੀਕ ਹੈ ਅਸੀਂ ਨਹੀਂ ਮੇਰੀ ਗੱਲ ਮੋੜਦੀ ਸਹਿਨਾਜ ਕੌਰ ਗੱਲ ਮੇਰੀ ਵੀ ਗੱਲ ਮੋੜਦੀ ਦੇਖੀ ਜਾਂਦੀ ਫਿਰ ਦੇਖੀ ਜਾਂਦੀ ਆ ਚੱਲ ਠੀਕ ਹੈ ਦੇਖੀ ਜਾਂਦੀ ਆ ਸਹਿਨਾਜ ਕੌਰ ਗੱਲ ਸ਼ਰਤ ਲਾਓ ਹਮਾਸੀ ਨਹੀਂ ਗੱਲ ਮੋੜਦੀ ਲੈ ਮੇਰੀ ਭੈਣ ਨੂੰ ਮੈਂ ਬੁਲਾਉਂਗਾ ਚੱਲ ਠੀਕ ਹੈ ਬਸ ਠੀਕ ਹੈ ਤੁਸੀਂ ਉੱਧਰ ਹੋ ਜਾਓ ਇੱਧਰ ਸਹਿਨਾਜ ਕੌਰ ਗੱਲ ਕਰੀ ਤੁਸੀਂ ਹਮਾਸੀ ਕਰਾਉਣਾ ਬਸ ਠੀਕ ਹੈ ਮੈਂ ਤਾਂ ਸਹਿਨਾਜ ਕਿ ਨਹੀਂ ਹੈ ਨਾ ਤੂੰ ਤਾਂ ਰੈਫਰੀ ਹੈ ਭੈਣ ਚੋਂ ਦਾ ਮੈਂ ਤਾਂ ਪਾਣੀ ਪੀਉਣ ਨਹੀਂ ਪਿਆਉਂਦਾ ਮਾੜਾ ਤੱਕ ਵੀ ਕਰੂ ਫਿਰ ਨਾ 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 ਤੂੰ ਚੱਪੜ ਕੇ ਭਰਾਵੇ ਤੂੰ ਤਾਂ ਰੈਫਰੀ ਹੈ ਨਹੀਂ ਯਾਰ ਕੁਛ ਨਹੀਂ ਕਰਨਾ ਤੂੰ ਸਿਟੀ ਮਾਰਨੀ ਹੈ ਅੱਛਾ 5 ਮਿੰਟਾਂ ਦਾ ਘੋਲ ਹੂ ਭੈਣ ਚੋਂ ਤਾਂ 5 ਮਿੰਟਾਂ ਚ 50 ਲੱਖ ਰੁਪਇਆ ਬਸ ਠੀਕ ਹੈ ਤੇ ਨਾਲੇ ਸਾਡੀਆਂ ਭੈਣਾਂ ਨੂੰ ਬਣਦਾ ਕਿ ਨਾਲੇ ਆਪਾਂ ਇਲਾਜ ਕਰਾ ਦਾਂਗੇ ਗਰੀਬਾਂ ਦੇ ਨਾਲੇ ਹੋਰ ਕੰਮ ਹੋ ਜਾਣਗੇ ਨਾਲੇ ਭੈਣ ਚੋਂ ਸਾਰੇ ਪੰਜਾਬ ਚ ਬਹਿਜਾ ਬਹਿਜਾ ਹੋ ਜੂ ਬਹਿਜਾ ਬਹਿਜਾ ਠੀਕ ਹੈ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂੰਗਾ ਜਲਦ ਮੈਂ ਆਪਣੇ ਪਿੰਡ ਰੈਸਲਿੰਗ ਕਰਾ ਰਿਹਾ ਤੇ ਦੋਨਾਂ ਦਾ ਬਹਿ ਕੇ ਗੱਲਬਾਤ ਸੁਣੂਗਾ ਕੀ ਗੱਲਬਾਤ ਚੁੱਪ ਕਰ ਯਾਰ ਤੂੰ ਤਾਂ ਹਿਮਾਂਸ਼ੀ ਖੁਰਾਨਾ ਕੋਲ ਖੜਜੀ ਮੈਂ ਖੜੂਗਾ ਮੇਰੀ ਭੈਣ ਆ ਹਿਮਾਂਸ਼ੀ ਆ ਹਿਮਾਂਸ਼ੀ ਠੀਕ ਹੈ ਸਨਾਜ ਕੋਲ ਗੱਲ ਢਾਉ ਨੂੰ ਕੋਲ ਦੇਖੀ ਨੂੰ ਮੈਂ ਸੱਦੂਗਾ ਹਿਮਾਂਸ਼ੀ ਕੋਲ ਹੋ ਜੀ ਉਹਨੇ ਟਾਈਮ ਕਹੇ ਨੇ ਕੁਝ ਨਹੀਂ ਬੋਲਣਾ ਇੱਕ ਦੂਜੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਹੋ ਸੁਣ ਲਾ ਇਹ ਮੈਂ ਹਿਮਾਂਸ਼ੀ ਹੁਣੀ ਕੋਲ ਕਰ ਲੈਣਾ ਸਨਾਜ ਦਾ ਮਾਂ ਹਿਮਾਂਸ਼ੀ ਆ ਆ ਜਾ ਦੇਖ ਰਿਹਾ ਕਿਵੇਂ ਆਏ ਨਹੀਂ ਬਈ ਉਹ ਤਾਂ ਉਹਨੇ ਨਹੀਂ ਦੇਖਣਾ ਲੰਡਾ ਫੁੱਦੂ ਸਾਲਾ ਭੈਣ ਚੋ ਤਾਂ ਕੰਮ ਵਧਾਤਾ ਹੁਣ ਇਹ ਕੰਮ ਹੋ ਕੇ ਹਟੂ ਹੋਊਗਾ ਭੈਣ ਬਣ ਕੇ ਹਿਮਾਂਸ਼ੀ ਹੁਣ ਬੇਇੱਜ਼ਤੀ ਦਾ ਕਰਾ ਦੀ ਇਹ ਤਾਂ ਹੁਣ ਰੈਸ ਲਗਾਉਣੀ ਆ ਕੋਈ ਸੋਸ਼ਲ ਮੀਡੀਆ ਤੇ ਲੜਾਈ ਨੀ ਕੋਈ ਕੁਛ ਨੀ ਕੋਈ ਬੈਂਸ ਨੀ ਆਮੋ ਸਾਹਮਣੇ ਕੋਲ ਬਸ ਠੀਕ ਹੈ ਫੇਰ ਵਾਲਾ ਸਾਡੇ ਇੱਕ ਟਿੱਬਾ ਉੱਥੇ ਪਿਆ ਵਿਹਲਾ ਅਸੀਂ ਉਹਨੂੰ ਠੀਕ ਕਰਾ ਦਾਂਗੇ ਉੱਥੇ ਤੂੰ ਮੈਂ ਗੱਡੀ ਲੈ ਕੇ ਜਾਣਾ ਥੋੜੇ ਦਿਨਾਂ ਤੱਕ ਮੈਂ ਲੈ ਕੇ ਆਉਣਾ ਸਹਿਨਾਜ ਕੌਰ ਗੱਲ ਨੂੰ ਤੂੰ ਲੈ ਕੇ ਹਿਮਾਂਸ਼ੀ ਓਏ ਮੇਰੀ ਭੈਣ ਤਾਂ ਗੱਡੀ ਦੀ ਲੋੜ ਨੀ ਆਪੇ ਆਊ ਚਾਰ ਗੱਡੀਆਂ ਲੈ ਕੇ ਕੋਟ ਦਿੰਦੇ ਦੇਖੀ ਜਾਈ ਫਿਰ ਤੂੰ ਗੱਡੀ ਦੇ ਨਾਲ ਹੋਣਗੇ ਬਾਂਸਰ ਇੱਧਰ ਕੋਈ ਬਾਂਸਰ ਬਾਂਸਰ ਨਹੀਂ ਕੱਲੀ ਆਊ ਜੱਟੀ ਦੇਖੀ ਜਾਈ ਤੂੰ ਦੇਖੀ ਫਿਰ ਦੇਖੀ ਉਹ ਪੰਜਾ ਪੜਾਕੇ ਉਦਾਂ ਤੂੰ ਦੇਖੀ ਤੈਨੂੰ ਲੱਗੂ ਪਤਾ ਸਾਰਾ ਲੌਂਡਾ ਰੈਫਰੀ ਗੱਲ ਸੁਣ ਲੈ ਹੱਕ ਦੀ ਗੱਲ ਕਰ ਰਹੀ ਹੈ ਕਿਤੇ ਭੈਣ ਚੋਂ ਇੱਧਰ ਨਾਲ ਦਾ ਹੋ ਜੇ ਮੈਂ ਸਨਾਜ ਦੀ ਭੌਂਦੀ ਕਰਦਾ ਸੱਚੀ ਆ ਜਮਾ ਨਾਲੇ ਖਬਰ ਜਮਾ ਸੱਚੀ ਗੱਲ ਆ ਜਿਹੜਾ ਭੈਣ ਦਾ ਯਾਰ ਮੁੰਡਾ ਸਹਿਣੇ ਵਾਲਾ ਜੱਟ 420 ਹਾਂ ਉਹ ਪਿੰਡ ਚੋਂ ਭੈਣ ਦਾ ਯਾਰ ਇੱਕ ਕਿਸੇ ਦੀ ਬਹੂ ਲੈ ਕੇ ਭੱਜ ਗਿਆ ਬਹੂ ਲੈ ਕੇ ਵਿਆਹੀ ਹੋਈ ਬਹੂ ਸੀਗੀ ਵਿਆਹੀ ਹੋਈ ਬਹੂ ਲੈ ਕੇ ਕੈਨੇਡਾ ਭੱਜ ਗਿਆ ਪੁਲਿਸ ਉਹਨੂੰ ਭਾਲਦੀ ਫਿਰਦੀ ਆ ਤੇ ਸਾਰਾ ਸਹਿਣੇ ਦੀ ਪੰਚਾਇਤ ਸਾਰਾ ਪਿੰਡ ਸਾਰੇ ਪੰਜਾਬ ਦੀ ਪੁਲਿਸ ਭਾਲਦੀ ਫਿਰਦੀ ਆ ਭੈਣ ਚੋਦ ਨੂੰ
ਸੋ ਸਾਰੀਆਂ ਕੁੜੀਆਂ ਨੂੰ ਬੇਨਤੀ ਹੈ ਜਿਹੜੀਆਂ ਵੀ ਉਹਦੇ ਪਿੱਛੇ ਦੀ ਸਾਰੀਆਂ ਖੜਾ ਛੱਡ ਦੋ ਹਾਂ ਕੁੜੀਆਂ ਬਾਹਰ ਕਹਿੰਦੇ ਹੁੰਦੇ ਜੱਟ 400 ਵੀ ਗੰਦ ਨਹੀਂ ਪਾਉਂਦਾ ਵਧੀਆ ਬਣਦਾ ਉਹ ਲੈ ਕੇ ਭੱਜ ਗਿਆ ਬਹੁ ਬਹੁਤ ਕੁੜੀਆਂ ਨੇ ਮੈਨੂੰ ਕਿਹਾ ਇਹ ਗੱਲ ਕਹਿੰਦੀ ਸਰਬਜੀਤ ਕਹਿੰਦੀ ਜਿਹੜਾ ਜੱਟ 400 ਵੀ ਕਹਿੰਦੀ ਉਹ ਹਾਸੀ ਵਾਲੇ ਸਟੋਰੀਆਂ ਪਾਈ ਜਾਂਦਾ ਕਹਿੰਦਾ ਪਾਉਂਦਾ ਭੈਣ ਦਾ ਯਾਰ ਪਿੰਡ ਦੀ ਬਹੂ ਲੈ ਕੇ ਭੱਜ ਗਿਆ ਬਾਬੇ ਬਹੂ ਲੈ ਕੇ ਭੱਜ ਗਿਆ ਇੱਕ ਫੁੱਦੂ ਗੱਲ ਹੋਰ ਕਰ ਗਿਆ ਬਹੂ ਦੇ ਜਵਾਕ ਇੱਥੇ ਛੱਡ ਗਿਆ ਭੈਣ ਦੀ ਲੌੜਾ ਨਾਲ ਕੋਲ ਪਾਲੂਗਾ ਤੇਰੀ ਭੈਣ ਦੇ ਬੈਂਗਣ ਤੇਰੀ ਦਾ ਲੌਂਡਾ ਯਾਰ ਫਿਰ ਲੌੜਾ ਸਾਤਾਂ ਨੂੰ ਲੋਕ ਕੋਈ ਮਾੜਾ ਕਹਿੰਦੇ ਰਹਿੰਦੇ ਨੇ ਸਾਨੂੰ ਵੀ ਕੋਰਟ ਦੇ ਨਾਲੇ ਗੰਦ ਪਾਉਂਦੇ ਸੀ ਭੈਣ ਚੋਂ ਐਂ ਤਰੀ ਬਹੂ ਲੈ ਕੇ ਭੱਜ ਮੇਰਾ ਸਾਲਾ ਬਹੂ ਲੈ ਕੇ ਭੱਜ ਗਿਆ ਕੈਨੇਡਾ ਚ ਇਹੋ ਜਿਹਾ ਕੰਮ ਨੀ ਕਰਦੇ ਕੈਨੇਡਾ ਚ ਮੇਰਾ ਸਾਲਾ ਦੱਸੇ ਨੀ ਕਿਸੇ ਨੂੰ ਗੁਪਤ ਲੈ ਕੇ ਭੱਜ ਗਿਆ ਗੁਪਤ ਲੈ ਕੇ ਭੱਜ ਗਿਆ ਕਿਸੇ ਨੂੰ ਪਤਾ ਲੱਗਿਆ ਉਹਦੀ ਪਤਾ ਲੱਗਾ ਵੀ ਕੈਨੇਡਾ ਜਾ ਕੇ ਮੈਂ ਕਿਹਾ ਤੁਸੀਂ ਸਟੋਰੀ ਪਾਈ ਹੈ ਬਹੁਤ ਪਹਿਲਾਂ ਭੈਣ ਚੋਂ ਨੇ ਇੱਕ ਸਟੋਰੀ ਨਹੀਂ ਪਾਈ ਵੀ ਮੈਂ ਪਹਿਲਾਂ ਪੂਰਾ ਤਕੜਾ ਪਲਾਨ ਸੀ ਸਮਾਨ ਪੈਕ ਕਰਿਆ ਹੋਇਆ ਸੀ ਬਹੂ ਦਾ ਬਹੂ ਨੂੰ ਚੁੱਪਰ ਕੇ ਸਿੱਧੇ ਦਿੱਲੀ ਲੈ ਗਿਆ ਘਰੋਂ ਆ ਸਿੱਧੇ ਦਿੱਲੀ ਲੈ ਗਿਆ ਰਾਤੇ ਰਾਤ ਇੱਕ ਉਹਦਾ ਲੌਂਡਾ ਜਿਹਾ ਪਤਾ ਨਹੀਂ ਮਾਮੇ ਦਾ ਮੁੰਡਾ ਪਤਾ ਨਹੀਂ ਭੂਆ ਦਾ ਕੀ ਆ ਮਿੰਟ ਦੀ ਅਪਸੈਟ ਉਹ ਜਿਹੜਾ ਕਹਿ ਬਹੁਤ ਕੁਛ ਕਰਿਆ